उठ जाओ जी, उठ जाओ। उठने हो जा भाई। अरे अरे जरा इस पे मोड़ा, कैमरा बंद कर। ये तो ब्लाउज पाऊंगा और बल लो जी, नवा दिन नवी सवेर और मौसम घेंट होया वा, काफ़ी मीह जा भी पै के हटिया है। टाइम हो गया जी सुबह के 9 बज गए ने, और अज इन्नी जल्दी जल्दी तो नहीं उठ गए, बट साढ़े नॉर्मल टाइम ये हिसाब न जल्दी उठ गए असी, क्योंकि अज मैं देन चले अपना जीवन लाइसेंस का टेस्ट। देता काफ़ी पहला देना सीगा, सौखा ही होंदा, बट मेरा जो इंडिया का लाइसेंस सीगा वो मेरे को सीगा नहीं, वो उत्थे चलान होया वा सीगा, सो उत्थे कोर्ट च पिया सी, ते मैनू इत्थे आना पै गया। तो मतलब बस मतलब समझ सकते तुसी है ना, सो आ 2 दिन पहला आया, तो कल मैं प्रिपेयर जहाँ किया जीवन सौखा ही सी, सो अज जाके देके आवांगे, होप सो सारा कुछ वधिया जावे। बाकी की हिसाब किताब हुंदा टेस्ट का सारा कुछ वो थानू आके मैं दसदा जी। तो जी फाइनली जी का सॉरी जी वन का टेस्ट हो गया डन, सौखी सीगा, 20-20 क्वेश्चन जो होंने डन करते। बाकी पूरा की प्रोसैस हुंदा मैं घर जाके दसदा, फिलहाल आपां नूं लाइसेंस मिल गया है टैंपरेरी वाला, कार्ड थोड़े दिन तक मेल च आजूगा। बाकी किवें गया सारा प्रोसैस है मैं थानू बाद जाके घर दसदा। तो जी घर जाने तो पहला है आप लैंसडाउन प्लेस, एमी ने अपने बर्थडे की शॉपिंग करनी, 1-2 चीज़ा लेनिया, सो करके और जीवन की पार्टी करके तो फिर जावे। सो देखते हैं बाकी की लैंने, तू भी दिखाने, उस तो बाद चलते हैं आप घर। लो जी रात दे बज गए ने 1, और फिलहाल कुछ बहुत ही स्पेशल आने वाला। आल्दो अगर पूरी यूट्यूब कम्युनिटी की गल करिए उत्थे इन्नी वड्डी गल नहीं है, बट मेरे लिए है कि सबसक्राइबर अपने 1000 होने लगे हैं, ठीक है, मे बी ऐसे इस दिख भी नहीं रहा होगा, बट हूँ सिर्फ 20 रह गए, सो वही रिफ्रैश कर रहे हैं बार बार बैठा। सो बड़ी गल है मेरे लिए, अगेन थैंक यू सारे का इस मूमेंट पर मैं कहना चाहूँगा जिन्होंने फिलहाल हूँ तक सपोर्ट किया। और मतलब जी टाइम बज गया 1:30 बज गए ने, और लैपटॉप मैं बंद ही करता सी कि जब हूँ 1000 हो गए मे बी मैं मन के चलिया हो गए हो गए, सो 15 मिनट या 1/2 घंटे बाद खोलूँगा। सो हूँ खोलते हैं और होप फॉर द बेस्ट, थानू भी दिखा लिया। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅਗਲੀ ਸੁਬਹਾ, ਇਟਸ ਨੋਟ ਵੈਸੇ ਅਗਲੀ ਸੁਬਹਾ, ਅਗਲੀ ਸ਼ਾਮ, ਔਰ ਹੁਣ ਤੱਕ ਤੁਸੀਂ ਵੀਡੀਓ 'ਚ ਦੇਖੇ ਕਿ ਕੱਲ੍ਹ ਮੈਂ ਗਿਆ ਸੀਗਾ ਆਪਣਾ ਲਾਇਸੈਂਸ ਵਗੈਰਾ ਦਾ ਟੈਸਟ ਦੇਣ, ਉਹ ਡਨ ਵੀ ਹੋ ਗਿਆ। ਕੱਲ੍ਹ ਰਾਤੀ ਆ ਕੇ ਤੁਹਾਨੂੰ ਉਹ ਲਾਇਸੈਂਸ ਬਾਰੇ ਦੱਸਣਾ ਭੁੱਲ ਗਿਆ, ਸੋ ਹੁਣ ਤੁਹਾਨੂੰ ਮੈਂ ਪ੍ਰੋਸੈਸ ਬਾਰੇ ਸਮਝਾ ਦਿੰਦਾ। ਵੈਲ ਬੇਸਿਕਲੀ ਹਰ ਇੱਕ ਉਰੇ ਮੋਟਰ ਵਹੀਕਲ ਲਈ ਅਲੱਗ ਅਲੱਗ ਕੈਟਾਗਰੀਆਂ ਬਣੀਆਂ ਵੀ ਆ, ਜਿੱਦਾਂ ਕਿ ਕਾਰ ਲਈ G1 G2 ਔਰ G ਬਣੀ ਵੀ ਆ, ਮੋਟਰਸਾਈਕਲ ਲਈ M1 M2 ਔਰ ਟਰੱਕ ਲਈ Z1 Z2, ਠੀਕ ਆ, ਔਰ ਹੋਰ ਵੀ ਇੱਕ ਅੱਧੀਆਂ ਕੈਟਾਗਰੀਆਂ ਹੋਰ ਹੁੰਦੀਆਂ ਜਿੱਦਾਂ ਬੱਸਿਸ ਵਗੈਰਾ ਲਈ, ਬਟ ਉਹਨਾਂ 'ਤੇ ਆਪਾਂ ਫਿਰ ਆਵਾਂਗੇ ਜਦੋਂ ਮੈਂ ਇਨ ਫਿਊਚਰ ਕਦੇ ਮੋਟਰਸਾਈਕਲ ਜਾਂ ਟਰੱਕ ਵਗੈਰਾ ਲਈ ਹੈ ਨਾ ਪ੍ਰਪੇਅਰ ਕੀਤਾ। ਬਟ ਫਿਲਹਾਲ ਮੈਂ ਗੱਡੀ ਦਾ ਦੱਸ ਦਿੰਦਾ ਜਿਹਦੇ ਬਾਰੇ ਮੈਨੂੰ ਥੋੜ੍ਹਾ ਬਹੁਤਾ ਪਤਾ, ਕਿ ਸਭ ਤੋਂ ਛੋਟੀ ਕੈਟਾਗਰੀ ਜਿੱਦਾਂ ਹੁੰਦੀ ਹੈ G1, ਜਿਸਦਾ ਮੈਂ ਕੱਲ੍ਹ ਜਾ ਕੇ ਟੈਸਟ ਦੇ ਕੇ ਆਇਆ। ਉਸ 'ਚ ਬੇਸਿਕਲੀ ਰਿਟਨ ਟੈਸਟ ਹੀ ਹੁੰਦਾ, ਮਤਲਬ ਕੰਪਿਊਟਰ ਸਕਰੀਨ 'ਤੇ, ਸੋ ਕੁਸ਼ਚਨ ਆਂਸਰ ਹੁੰਦੇ ਆ, ਉਹ ਤੁਸੀਂ 1-2 ਦਿਨ 'ਚ ਆਰਾਮ ਨਾਲ ਤਿਆਰੀ ਕਰ ਸਕਦੇ ਹੋ, ਸੌਖੇ ਹੀ ਹੁੰਦੇ ਆ। ਐਪਲੀਕੇਸ਼ਨਾਂ ਮਿਲਦੀਆਂ ਨੇ ਪਲੇ ਸਟੋਰ ਜਾਂ ਐਪ ਸਟੋਰ 'ਤੇ, ਦੋਨੇ ਆਈਫੋਨ ਜਾਂ ਐਂਡਰੋਇਡ 'ਤੇ, ਉਸ ਤੋਂ ਆਰਾਮ ਨਾਲ ਤਿਆਰੀ ਹੋ ਜਾਂਦੀ ਆ। ਸੋ ਹੁੰਦਾ ਕੀ ਹੈ, ਬੇਸਿਕਲੀ 20-20 ਕੁਸ਼ਚਨਾਂ ਦੇ 2 ਵਾਰੀ ਸੈੱਟ ਆਉਂਦੇ ਆ, ਔਰ ਉਸ 'ਚੋਂ ਤੁਹਾਡੇ 16 ਕੁਸ਼ਚਨ ਠੀਕ ਹੋਣੇ ਚਾਹੀਦੇ ਆ, ਮੀਨਸ ਵੱਧ ਤੋਂ ਵੱਧ ਤੁਸੀਂ 4 ਗਲਤ ਕਰ ਸਕਦੇ ਹੋ। ਅਗਰ ਤੁਸੀਂ ਉਹ ਠੀਕ ਕਰ ਦਿੰਦੇ ਹੋ, ਮਤਲਬ 40 ਜੋ ਟੋਟਲ 32 ਠੀਕ ਕਰ ਦਿੰਦੇ ਹੋ, ਤਾਂ ਤੁਹਾਨੂੰ ਫਿਰ ਉਹ ਲਾਇਸੈਂਸ ਇਸ਼ੂ ਕਰ ਦਿੰਦੇ, ਇੱਕ ਪੇਪਰ ਜਿਹਾ ਦੇ ਦਿੰਦੇ ਆ, ਅਤੇ ਉਹ ਵੈਲਿਡ ਹੁੰਦਾ ਕਿੰਨੇ 90 ਦਿਨਾਂ ਲਈ ਗਿਆ, ਮੀਨਸ ਉਹ ਪੇਪਰ ਜਿਹਾ ਵੀ ਵੈਲਿਡ 90 ਦਿਨਾਂ ਲਈ ਹੁੰਦਾ, ਇਨ ਕੇਸ ਤੁਹਾਨੂੰ ਮਤਲਬ ਉਹ ਕਾਰਡ ਨਹੀਂ ਆਉਂਦਾ ਮੇਲ ਰਾਹੀਂ, ਬਟ ਉਹ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਪ੍ਰੋਪਰ ਜਿਹੜਾ ਕਾਰਡ ਹੁੰਦਾ ਲਾਇਸੈਂਸ ਵਾਲਾ ਉਹ ਤੁਹਾਡੇ ਮੇਲ ਬਾਕਸ 'ਚ ਸੈਂਡ ਕਰ ਦਿੰਦੇ ਆ, ਰਾਈਟ। ਔਰ ਇਹ ਹੁੰਦਾ ਕੀ ਹੈ ਜੀਵਨ 'ਚ, ਬੇਸਿਕਲੀ ਅਗਰ ਤਾਂ ਤੁਸੀਂ ਇੰਡੀਆ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਤੁਹਾਡੇ ਕੋਲ, ਮਤਲਬ ਇੰਡੀਆ ਦਾ ਲਾਇਸੈਂਸ ਨਹੀਂ ਹੈਗਾ, ਫਿਰ ਤਾਂ ਤੁਹਾਨੂੰ ਜੀਵਨ ਤੋਂ ਬਾਅਦ ਕਿੰਨਾ ਟਾਈਮ ਵੇਟ ਕਰਨੀ ਪੈਂਦੀ ਹੈ, ਮੀ ਤਾਂ ਤੁਹਾਨੂੰ 8 ਮਹੀਨੇ ਵੇਟ ਕਰਨੀ ਪਊਗੀ G2 ਦੇਣ ਲਈ।
ਠੀਕ ਆ ਉਹ ਕਰਨੀਓ ਪੈਣੀ ਆ ਉਹਦਾ ਮੀਨਸ ਕੋਈ ਸ਼ਾਰਟਕੱਟ ਨਹੀਂ ਹੈਗਾ ਇਨ ਕੇਸ ਤੁਸੀਂ ਐਕਸਪੀਰੀਅੰਸ ਨਹੀਂ ਪਾਉਂਦੇ ਅਗਰ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੈਗਾ ਇਕੱਲਾ ਲਾਇਸੈਂਸ ਨਹੀਂ ਇੱਕ ਐਕਸਪੀਰੀਅੰਸ ਲੈਟਰ ਬਣਦਾ ਹੁੰਦਾ ਔਰ ਘੱਟੋ ਘੱਟ 2 ਸਾਲ ਦਾ ਉਹ ਵੀ ਸੋ ਉਹ ਅਗਰ ਹੈਗਾ ਤਾਂ ਉਹ ਤੁਸੀਂ ਇੱਥੇ ਆਪਣਾ ਮੰਗਵਾ ਕੇ ਉਹਦਾ ਹੈਲਪ ਲੈ ਸਕਦੇ ਹੋ ਮਤਲਬ ਐਕਸਪੀਰੀਅੰਸ ਕਹਿ ਦਿੰਦੇ ਕਿ ਐਕਸਪੀਰੀਅੰਸ ਪਵਾਉਣਾ ਸੋ ਅਗਰ ਤੁਸੀਂ ਉਹ ਪਵਾ ਲੈਂਦੇ ਹੋ ਤਾਂ ਫਿਰ ਇਨ ਕੇਸ ਜਿੱਦਾਂ ਮੈਂ ਕੀਤਾ ਹੈ ਹੁਣ ਮੈਂ ਜਿੱਦਾਂ ਲਾਸਟ ਵੀਡੀਓ ਦੱਸਿਆ ਸੀ ਕਿ ਮੇਰਾ ਉੱਥੇ ਕੋਰਟ 'ਚ ਪਿਆ ਹੈ ਲਾਇਸੈਂਸ ਸੋ ਉਹ ਮੈਂ ਮੰਗਵਾਇਆ ਨਾਲ ਐਕਸਪੀਰੀਅੰਸ ਲੈਟਰ ਪਵਾਇਆ ਔਰ ਇੱਥੇ ਮੈਂ ਇਹ ਵਾਲੇ ਲਾਇਸੈਂਸ 'ਤੇ ਆਪਣਾ ਐਕਸਪੀਰੀਅੰਸ ਪਵਾ ਲਿਆ ਸੋ ਇਸ ਨਾਲ ਕੀ ਹੋਇਆ ਕਿ ਹੁਣ ਮੈਂ ਨਾਲ ਲੱਗਦੀ ਉਹ ਆਪਣਾ ਜੀ ਵੀ ਦੇ ਸਕਦਾ ਔਰ ਮੈਨੂੰ G2 ਦੇਣ ਦੀ ਵੀ ਲੋੜ ਨਹੀਂ ਹੈ ਸੋ ਆਈ ਹੋਪ ਤੁਸੀਂ ਸਮਝ ਰਹੇ ਹੋ ਕਿ ਅਗਰ ਤੁਸੀਂ ਐਕਸਪੀਰੀਅੰਸ ਨਹੀਂ ਪਵਾਉਂਦੇ ਤਾਂ ਤੁਹਾਨੂੰ G1 8 ਮਹੀਨੇ ਬਾਅਦ G2 ਦੇਣਾ ਪਊਗਾ ਅਤੇ ਉਸ ਤੋਂ ਬਾਅਦ ਕਿੰਨੇ G2 ਉਸ ਤੋਂ ਬਾਅਦ ਫਿਰ 8 ਮਹੀਨੇ ਬਾਅਦ ਵੇਟ ਕਰਕੇ G ਦੇਣਾ ਪਊਗਾ ਬਟ ਅਗਰ ਤੁਸੀਂ ਐਕਸਪੀਰੀਅੰਸ ਪਵਾ ਲੈਂਦੇ ਹੋ ਤਾਂ ਤੁਸੀਂ G1 ਤੋਂ ਡਾਇਰੈਕਟ G ਤਾਂ ਦੇ ਹੀ ਸਕਦੇ ਹੋ ਔਰ ਉਹ ਵੀ ਬਿਨਾਂ ਵੇਟ ਕਰੇ ਮੀਨਸ ਮੈਂ ਅੱਜ ਹੀ ਜਾ ਕੇ ਆਪਣਾ G ਵੀ ਬੁੱਕ ਕਰ ਸਕਦਾ ਸੋ ਮਹੀਨੇ ਬਾਅਦ ਦੀਆਂ ਜਦ ਵੀ ਡੇਟ ਆਉਂਦੀ ਜਾ ਕੇ G ਦੇ ਸਕਦਾ ਰਾਈਟ ਔਰ ਬਖਸ਼ ਜੀ ਫਿਲਹਾਲ ਤਾਂ ਮੈਂ G1 ਹੀ ਦਿੱਤਾ ਸੋ ਇਸੇ ਬਾਰੇ ਦੱਸ ਸਕਦਾ ਜਦ ਹੁਣ ਮੇਰਾ G ਹੋਊਗਾ ਫਿਰ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦੂੰਗਾ ਉਸ 'ਚ ਬੇਸਿਕਲੀ ਗੱਡੀ ਚਲਵਾ ਕੇ ਦੇਖਦੇ ਹਾਂ ਉਸ 'ਚ ਕੋਈ ਟੈਸਟ ਨਹੀਂ ਹੁੰਦਾ G2 'ਚ ਕੀ ਹੁੰਦਾ ਐਮੀ G2 'ਚ ਵੀ ਗੱਡੀ ਚਲਾਉਂਦੇ ਹਾਂ ਉਸ 'ਚ ਪਰ ਕਹਿੰਦਾ ਹਾਈਵੇ 'ਤੇ ਮਤਲਬ ਨਹੀਂ ਜਾਂਦੇ ਆਪਾਂ G 'ਚ ਇਹ ਹੁੰਦਾ ਕਿ ਤੁਹਾਨੂੰ ਹਾਈਵੇ ਵਗੈਰਾ 'ਤੇ ਵੀ ਲੈ ਕੇ ਜਾਂਦੇ ਸੋ ਇਹ ਫਰਕ ਆ ਮੀਨਸ ਜਿਹੜਾ ਕੁਸ਼ਚਨ ਆਸਰ ਵਾਲਾ ਟੈਸਟ ਉਹ ਜਸਟ G1 ਲਈ ਉਹ ਹੁੰਦਾ ਠੀਕ ਹੈ ਜੀ ਸੋ ਇਹ ਤਾਂ ਸੀਗੀ ਇਨਫੋਰਮੇਸ਼ਨ ਲਾਇਸੈਂਸ ਰਿਲੇਟਡ ਕੋਈ ਹੋਰ ਤੁਹਾਡੇ ਕੁਸ਼ਚਨ ਹੈ ਜਾਂ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਦੱਸ ਦਿਓ ਮੈਂ ਉਹ ਵੀ ਆਨਸਰ ਦੇ ਦੂੰਗਾ ਸੋ ਜੀ ਆਪਾਂ ਆਏ ਹਾਂ ਅੱਜ ਸਟੇਸ਼ਨ 'ਤੇ ਬੱਸ ਸਟੇਸ਼ਨ 'ਤੇ ਕਿਚਨ ਵਾਲੇ ਆਪਣੇ ਯਾਰ ਦੋਸਤ ਆ ਜਾ ਰਹੇ ਹਾਂ ਆ ਰਹੇ ਨਹੀਂ ਕਿ ਪਹੁੰਚ ਚੁੱਕੇ ਹਾਂ ਉਹ ਆ ਗਏ ਆ ਜਾਓ ਆ ਜਾਓ ਆ ਜਾਓ ਭਾਈ ਆਪਣੇ ਕਿਚਨ ਵਾਲੇ ਯਾਰ ਨੇ ਵੀ ਆ ਗਏ ਔਰ ਫਾਈਨਲੀ ਕਾਲਜ ਵਾਲੇ 4 ਮਲੰਗ ਅਸੀਂ ਹੋ ਗਏ ਹਾਂ ਇਕੱਠੇ ਅਤੇ ਇੱਕ ਬੰਦਾ ਹਜੇ ਵੀ ਆਪਣਾ ਇੰਡੀਆ ਉਹ ਵੀ ਆਊਗਾ ਫਿਰ ਕਿਸੇ ਦਿਨ ਇਕੱਠੇ 5 ਜਣੇ ਵੀ ਇਕੱਠੇ ਹੋਵਾਂਗੇ ਔਰ ਪਾਰਟੀ ਦਾ ਪ੍ਰੋਗਰਾਮ ਵੈਸੇ ਰੱਖਿਆ ਸੀ ਕੱਲ੍ਹ ਨੂੰ ਬਟ ਹੋਰ ਯਾਰ ਦੋਸਤ ਸਾਰੇ ਅੱਜ ਆਏ ਨੇ ਸੋ ਐਮੀ ਬਾਈ ਦੀ ਪਾਰਟੀ ਜਨਮਦਿਨ ਪਾਰਟੀ ਅੱਜ ਹੀ ਰੱਖਾਂਗੇ ਔਰ ਮੇਰੇ 1000 ਸਬਸਕ੍ਰਾਈਬਰ ਦੀ ਵੀ ਸੋ ਕਰਾਂਗੇ ਜੀ ਇੰਜੋਏ ਬਾਕੀ ਪਾਰਟੀ ਦੀ ਫੁਟੇਜ ਇੰਨੀ ਜ਼ਿਆਦਾ ਮੈਂ ਦਿਖਾਉਣੀ ਨਹੀਂ ਕਿਉਂਕਿ ਅੱਧੇ ਬੰਦੇ ਵੈਸੇ ਸ਼ਾਈ ਨੇ ਔਰ ਅੱਧੇ ਕਹਿੰਦੇ ਅਸੀਂ ਕੈਮਰੇ 'ਚ ਆਉਣਾ ਨਹੀਂ ਅਤੇ ਬਾਕੀ ਤੁਸੀਂ ਸਮਝ ਵੀ ਸਕਦੇ ਹੋ ਸੋ ਬਟ ਤੁਹਾਨੂੰ ਟਰਾਈ ਕਰੂੰਗਾ ਜਿੰਨੀ ਹੋ ਸਕੇ ਦਿਖਾਵਾਂ ਅਤੇ ਮਿਲਦੇ ਹਾਂ ਜੀ ਫਿਰ ਪਾਰਟੀ 'ਚ ਔਰ ਕਰੋ ਜੀ ਇੰਜੋਏ ਚਲੋ ਚੱਲ ਦੋ ਨਾ ਵੀ ਨਾ ਅਰੇ ਬਾਬਾ ਮੈਨੂੰ ਫੜ ਲੈਣਾ ਨਾ ਹੈ ਕਿ ਹੋ ਨਾ ਬਾਈ ਤੇ ਰਵਾਜ ਆ ਜਾ ਆ ਖੀਰੇ ਨੂੰ ਅੱਗ ਲੱਗ ਗਈ ਜਲਦੀ ਕਰ ਜਲਦੀ ਕਰ ਦੂਰੇ ਤੇਰ ਬੜਾ ਗਿਆ ਇਹਨੂੰ ਬਾਈ ਆਲਾ ਉਹ ਖੜ ਜਾ ਉਹ ਖੜ ਜਾ ਮੇਰੇ ਯਾਰ ਹੈਪੀ ਬਰਥਡੇ ਟੂ ਯੂ ਹੈਪੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਵੈਲ ਰਾਤੀ ਪਾਰਟੀ ਰਹੀ ਔਸਮ ਬਟ ਅਨਫੋਰਚੁਨੇਟਲੀ ਫੁਟੇਜ ਜਿਹੜੀ ਸੀਗੀ ਐਮੀ ਦੇ ਬਰਥਡੇ ਦੀ ਉਹ ਮਤਲਬ ਰਿਕਾਰਡ ਨਹੀਂ ਕਰ ਹੋਇਆ ਅਤੇ ਜੋ ਥੋੜ੍ਹਾ ਬਹੁਤਾ ਰਿਕਾਰਡ ਕੀਤਾ ਸੀ ਉਹ ਤੁਸੀਂ ਦੇਖ ਹੀ ਲਿਆ ਔਰ ਹੁਣ 4 ਜਣੇ ਅਸੀਂ ਘੁੰਮਣ ਜਾਵਾਂਗੇ ਇੱਕ ਦੋ ਜਗ੍ਹਾ 'ਤੇ ਇੱਕ ਜਗ੍ਹਾ ਤੁਸੀਂ ਦੇਖੀ ਹੋਈ ਆਲਰੇਡੀ ਰਾਈਸ ਲੇਕ ਉੱਥੇ ਆਪਣੇ ਕਿਚਨ ਵਾਲੇ ਬਾਈਆਂ ਨੂੰ ਘੁੰਮਾਉਣ ਜਾਣਾ ਦੂਜੀ ਜਗ੍ਹਾ ਇੱਕ ਹੈਗੀ ਪੀਟਰ ਬਰੋ ਹਿਲਸ ਜਿੱਥੋਂ ਖੜ ਕੇ ਸਾਰਾ ਪੀਟਰ ਬਰੋ ਰਿਕ ਦੀਦਾ ਉੱਥੇ ਵੀ ਜਾਵਾਂਗੇ ਬਟ ਫਿਲਹਾਲ ਚੱਲ ਰਿਹਾ ਖਾਣਾ ਪੀਣਾ ਔਰ ਬਾਈ ਕੀ ਬਣ ਰਿਹਾ ਪੂਰੀਆਂ ਵੀ ਪੂਰੀਆਂ ਇਹ ਚੈੱਕ ਕਰੋ ਜੀ ਪੂਰੀਆਂ ਆਏ ਹਾਏ ਹਾਏ ਕਿਆ ਬਾਤ ਆਓ ਜੀ ਹੁਣ ਪੂਰੀਆਂ ਪਰੀਆਂ ਛੱਕ ਕੇ ਫਿਰ ਉਸ ਤੋਂ ਬਾਅਦ ਚੱਲਦੇ ਹਾਂ ਜੀ ਘੁੰਮਣ ਜਿਹੜੇ ਚੱਲਣੇ ਆ ਵੇਲਣੇ ਸਲੋ ਮੋਸ਼ਨ ਲੋਕਾਂ ਨੇ ਅਰਸ਼ ਅਰਸ਼ ਕਰ ਉੱਠਣਾ
ਪੂਰੀਆਂ ਦੇ ਵੀ ਰੋਲ ਲੋਕ ਕਰੇਗਾ ਨਾ ਜੀਰੀ ਲਾ ਤੁਸੀਂ ਸਿਨੇਮੈਟੋਗ੍ਰਾਫੀ ਵਾਲੇ ਚਿੱਬੇ ਕੱਢੇ ਪਏ ਬਾਈ ਨੇ ਆ ਦੇ ਚਾਰ ਵੱਜ ਗਏ ਨੇ ਅਤੇ ਹੁਣ ਆਪਾਂ ਨਿਕਲਣ ਲੱਗੇ ਹਾਂ ਜੀ ਘੁੰਮਣ ਫਿਰਨ ਲਈ। ਪਹਿਲਾਂ ਕਿੱਥੇ ਜਾ ਰਹੇ ਹਾਂ ਇਹ ਪਤਾ ਨਹੀਂ, ਵੈਸੇ ਆ ਸ਼ਾਇਦ ਪੀਟਰਬਰੋ ਹਿਲ 'ਚ ਜਾਈਏ। ਸੋ ਦਿਖਾਉਂਦੇ ਹਾਂ ਤੁਹਾਨੂੰ ਉੱਥੋਂ ਦਾ ਨਜ਼ਾਰਾ। ਫਾਈਨਲੀ ਪਹੁੰਚ ਗਏ ਆਪਾਂ ਪੀਟਰਬਰੋ ਹਿਲ ਪੁਆਇੰਟ ਔਰ ਮੇਨ ਪੁਆਇੰਟ ਹੈਗਾ ਉਹ ਸਾਹਮਣੇ। ਹੁਣ ਤੁਹਾਨੂੰ ਉੱਥੇ ਲੈ ਚੱਲਦੇ ਹਾਂ ਅਤੇ ਉੱਥੋਂ ਵਿਊ ਦਿਖਾਉਂਦੇ ਹਾਂ ਸਾਰਾ ਕੀ ਹਿਸਾਬ ਦਾ। ਫਾਈਨਲੀ ਆਪਾਂ ਪੁਆਇੰਟ ਜੇ 'ਤੇ ਆ ਗਏ ਹਾਂ ਅਤੇ ਉੱਥੇ ਆਹ ਬਣਿਆ ਵਾ ਜਿਹੜਾ ਮੈਂ ਤੁਹਾਨੂੰ ਹੁਣੀ ਦਿਖਾ ਕੇ ਹਟਿਆ। ਪੀਟਰਬਰੋ ਤਾਂ ਨਹੀਂ ਦਿਖਦਾ ਸਾਰਾ, ਮੇ ਬੀ ਸਾਹਮਣੇ ਦਰੱਖਤ ਨੇ ਤਾਂ ਕਰਕੇ, ਬਟ ਉੱਦਾਂ ਅਗਰ ਨਾ ਹੋਣ ਫਿਰ ਦਿਖ ਸਕਦਾ। ਬਟ ਜਿਹੜਾ ਸੁਣਿਆ ਸੀ ਕਿ ਇੱਥੋਂ ਸਾਰਾ ਦਿਖਦਾ ਤਾਂ ਮੈਂ ਸੋਚਿਆ ਸੀਗਾ ਕਿ ਕਲੀਅਰਲੀ ਦਿਖਦਾ, ਬਟ ਉਹ ਚੀਜ਼ ਨਹੀਂ ਹੈ। ਬਟ ਜੋ ਵੀ ਦਿਖਦਾ ਉਹ ਮੈਂ ਤੁਹਾਨੂੰ ਹੁਣ ਦਿਖਾ ਦੇਣਾ, ਕਰੋ ਜੀ ਚੈੱਕ। ਇਹਦੇ ਪਰ ਮੈਪ ਜਿਹਾ ਬਣਿਆ ਵਾ, ਮੈਂ ਤੁਹਾਨੂੰ ਦਿਖਾ ਦਿੰਦਾ। ਇੱਥੇ ਹਰ ਇੱਕ ਚੀਜ਼ ਦੀ ਅਟਰੈਕਸ਼ਨ ਦੱਸੀ ਵੀ ਆ, ਜਿਵੇਂ ਇੱਧਰ ਆਹ ਫਾਊਂਟੇਨ ਜਾਂ ਕੋਈ ਹੋਸਪਿਟਲ ਹੈ, ਇੱਧਰ ਯੂਨੀਵਰਸਿਟੀ ਹੈ, ਟਾਵਰ ਮਤਲਬ ਇੱਦਾਂ ਅਲੱਗ ਅਲੱਗ ਬਣਿਆ ਵਾ। ਹਾਲੇ ਦੀ ਹਿਸਟਰੀ ਕੀ ਆ ਇਹ ਤਾਂ ਮੈਨੂੰ ਪਤਾ ਨਹੀਂ, ਬਟ ਅਗਰ ਕੋਈ ਇੱਥੇ ਨੇੜੇ ਬੋਰਡ ਲੱਗਿਆ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦਾ। ਬਟ ਇਹ ਲਿਖਿਆ ਬਾਕੀ ਇਹ 1977 'ਚ ਬਣਾਈ ਗਈ ਸੀ ਇਹ ਚੀਜ਼। ਸੋ ਇਹ ਮਤਲਬ ਜੋ ਵੀ ਹੈ ਇੰਨਾ ਕੁ ਏਰੀਆ ਦੀ 1977 'ਚ ਸਥਾਪਨਾ ਹੋਈ ਸੀ। ਸੋ ਆ ਬਾਕੀ ਦੇਖਦੇ ਜੀ। ਰਾਈਸ ਲੇਕ 'ਤੇ, ਲੇਕ ਬਾਰੇ ਮੈਂ ਜ਼ਿਆਦਾ ਨਹੀਂ ਦਿਖਾਊਂਗਾ ਕਿਉਂਕਿ ਮੈਂ ਲਾਸਟ ਆਪਣੇ 2 ਵਲੌਗਸ ਪਹਿਲਾਂ ਆਲਰੇਡੀ ਕਵਰ ਕਰ ਚੁੱਕਿਆ। ਅਗਰ ਤੁਸੀਂ ਨਹੀਂ ਦੇਖੀ ਤਾਂ ਮੈਂ ਉਸਦਾ ਲਿੰਕ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਉਹ ਵੀ ਵਲੌਗ ਚੈੱਕ ਕਰ ਸਕਦੇ ਹੋ। ਸੋ ਫਿਲਹਾਲ ਬਸ ਬੈਠਾਂਗੇ ਔਰ ਆਨੰਦ ਮਾਣਾਂਗੇ ਇਸ ਮੂਮੈਂਟਸ ਦਾ, ਠੀਕ ਆ, ਕਿਉਂਕਿ ਯਾਰ ਦੋਸਤ ਇਕੱਠੇ ਹੋਏ ਹਾਂ ਬਹੁਤ ਟਾਈਮ ਬਾਅਦ। ਆਲਦੋ ਮੈਂ ਕਿਚਨਰ ਵੀ ਜਾਇਆ ਆ, ਹੁਣ ਪੀਟਰਬਰੋ ਵੀ ਹਾਂ, ਬਟ ਇਹ ਆਪਸ 'ਚ ਨਹੀਂ ਮਿਲੇ ਸੀ। ਸੋ ਅੱਜ ਐਮੀ ਦੇ ਬਰਥਡੇ ਕਰਕੇ ਇਕੱਠੇ ਹੋਏ ਹਾਂ ਜੀ। ਕਦੇ ਮਤਲਬ ਇੰਡੀਆ 'ਚ ਬੈਠੇ ਸੋਚਦੇ ਹੁੰਦੇ ਸੀਗੇ ਕਿ ਕਦੇ ਕੈਨੇਡਾ ਜਾਵਾਂਗੇ ਅਤੇ ਉੱਥੇ ਐਵੇਂ ਇਕੱਠੇ ਬੈਠ ਕੇ ਸਪੈਂਡ ਕਰਾਂਗੇ ਟਾਈਮ, ਹੈ ਨਾ। ਸੋ ਅੱਜ ਉਹ ਟਾਈਮ ਆ, ਸੋ ਜਸਟ ਇੰਜੋਏ ਕਰਾਂਗੇ ਇਸ ਮੂਮੈਂਟਸ ਨੂੰ। ਬਾਕੀ ਤੁਸੀਂ ਵੀ ਐਮੀ ਨੂੰ ਵਿਸ਼ਿਸ਼ ਕਰਨ ਲਈ ਆਪਣੇ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ, ਜਾਂ ਫਿਰ ਮੈਂ ਉਸਦੀ ਇੰਸਟਾਗ੍ਰਾਮ ID ਪਾ ਦੂੰਗਾ, ਤੁਸੀਂ ਉੱਥੇ ਜਾ ਕੇ ਵਿਸ਼ ਕਰ ਸਕਦੇ ਹੋ। ਅਤੇ ਅਗਲੇ ਵਲੌਗ 'ਚ ਕੁਛ ਖਾਸ ਰਹਿਣ ਵਾਲਾ, ਬੇਸਿਕਲੀ ਮੈਂ ਦੱਸ ਦਿੰਦਾ ਐਮੀ ਨੂੰ ਗੱਡੀ ਦਵਾਉਣੀ ਆ ਆਪਾਂ। ਸੋ ਉਸਦਾ ਵੀ ਵਲੌਗ ਹੋਊਗਾ ਸਾਰਾ ਕਿ ਕਿਹੜੀ ਲੈਂਦੇ ਹਾਂ, ਕਿੱਦਾਂ ਪ੍ਰੋਸੈਸ ਹੁੰਦਾ, ਉਸ 'ਚ ਸਾਰਾ ਕਵਰ ਹੋਜੂਗਾ। ਸੋ ਫਿਲਹਾਲ ਇਸ ਵਲੌਗ 'ਚ ਇੰਨਾ ਹੀ, ਮਿਲਦੇ ਹਾਂ ਜੀ ਨੈਕਸਟ ਵਲੌਗ 'ਚ। ਟਿਲ ਦੈਨ ਟੇਕ ਕੇਅਰ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।